ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੇ ਇੱਕ ਵਾਰ ਫੇਰ ਝਟਕਾ ਦੇ ਦਿੱਤਾ ਹੈ ਪੰਜਾਬ ਸਰਕਾਰ ਦੀ ਲਗਾਤਾਰ ਮੰਗ ਰਹੀ ਹੈ ਕਿ ਜਿਹੜੀ ਸੈਂਟਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਉਸ ਗ੍ਰਾਂਟ ਵਾਸਤੇ ਜਿਹੜੀ ਸੈਂਟਰ ਸਰਕਾਰ ਨੇ ਕੈਟਾਗਰੀ A ਤੇ ਕੈਟਾਗਰੀ B ਬਣਾਈਆਂ ਉਸ ਮੁਤਲਕ ਦੇ ਵਿੱਚ ਪੰਜਾਬ ਨੂੰ ਕੈਟਾਗਰੀ A ਦੇ ਵਿੱਚ ਰੱਖਿਆ ਜਾਵੇ ਆਮ ਆਦੀ ਪਾਰਟੀ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਵੀ ਲਗਾਤਾਰ ਕੋਸ਼ਿਸ਼ ਕਰਦੀਆਂ ਰਹੀਆਂ ਨੇ ਕਿ ਪੰਜਾਬ ਨੂੰ ਕੈਟਾਗਰੀ A ਦੇ ਵਿੱਚ ਰੱਖਿਆ ਜਾਵੇ ਇੱਕ ਸਵਾਲ ਹੈ ਕਿ ਸੈਂਟਰ ਸਰਕਾਰ ਨੇ ਕਦੀ ਵੀ ਪੰਜਾਬ ਸਰਕਾਰ ਦੀ ਇਹ ਅਪੀਲ ਨਹੀਂ ਮੰਨੀ ਹੁਣ ਇੱਕ ਵਾਰ ਫਿਰ ਭਗਵੰਤ ਮਾਨ ਦੀ ਸਰਕਾਰ ਨੇ ਸੈਂਟਰ ਅੱਗੇ ਅਪੀਲ ਕੀਤੀ ਸੀ ਉਹ ਅਪੀਲ ਸੈਂਟਰ ਸਰਕਾਰ ਨੇ ਠੁਕਰਾ ਦਿੱਤੀ ਹੈ ਕੈਟਾਗਰੀ A ਚ ਅਗਰ ਪੰਜਾਬ ਨੂੰ ਸ਼ਾਮਲ ਕੀਤਾ ਜਾਂਦਾ ਤੇ ਪੰਜਾਬ ਨੂੰ ਬਾਕੀ ਸੂਬਿਆਂ ਦੇ ਮੁਕਾਬਲੇ ਵੱਧ ਗ੍ਰਾਂਟਾਂ ਮਿਲ ਸਕਦੀਆਂ ਨੇ ਰੇਸ਼ੋ ਵੱਧ ਦਿੱਤੀ ਜਾ ਸਕਦੀਆਂ ਪੰਜਾਬ ਇੱਕ ਸਰਹੱਦੀ ਸੂਬਾ ਔਰ ਸਰਹੱਦੀ ਸੂਬੇ ਦਾ ਹੋਣ ਤੇ ਪੰਜਾਬ ਨੂੰ ਹਮੇਸ਼ਾ ਨੁਕਸਾਨ ਵੀ ਪਹੁੰਚਿਆ ਖਮਿਆਜਾ ਵੀ ਭੁਗਤਣਾ ਪਿਆ ਲੇਕਿਨ ਸੈਂਟਰ ਸਰਕਾਰ ਨੇ ਕਦੀ ਬਾਹ ਨਹੀਂ ਪੜੀਏਗੀ। ਬਾਕੀ ਸੂਬਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੈਂਟਰ ਸਰਕਾਰ ਜਿੱਥੇ ਚਾਹੇ ਕਾਂਗਰਸ ਪਾਰਟੀ ਰਾਜ ਕਰੇ ਜਾਂ ਭਾਰਤੀ ਜਨਤਾ ਭਾਰਤੀ ਜਨਤਾ ਪਾਰਟੀ ਰਾਜ ਕਰੇ ਅਬੇਸ਼ਾ ਪੰਜਾਬ ਦੇ ਨਾਲ ਉਹ ਸਲੂਕ ਨਹੀਂ ਕੀਤਾ ਗਿਆ ਜੋ ਬਾਕੀ ਸੂਬਿਆਂ ਦੇ ਨਾਲ ਸਲੂਕ ਪੇਸ਼ ਕੀਤਾ ਜਾਂਦਾ ਰਿਹਾ ਤੇ ਜਿਸ ਕਰਕੇ ਪੰਜਾਬ ਵੱਲ ਮੇਸ਼ਾ ਹੀ ਪੰਜਾਬ ਨੂੰ ਇੱਕ ਵਿਤਕਰਾ ਜਾਂ ਮਹਿਸੂਸ ਕਰਵਾਇਆ ਜਾਂਦਾ ਰਿਹਾ ਸੈਂਟਰ ਸਰਕਾਰਾਂ ਵੱਲੋਂ। ਹੁਣ ਕਦੀ ਹਿਲ ਸਟੇਸ਼ਨ ਨੂੰ ਸੈਂਟਰ ਸਰਕਾਰ ਗੱਫੇ ਦੇ ਦਿੰਦੇ ਜਾਂ ਬਾਕੀ ਪਛੜਿਆ ਸੂਬਿਆਂ ਨੂੰ ਗੱਫੇ ਦੇ ਦਿੰਦੇ ਲੇਕਿਨ ਉਸ ਪੰਜਾਬ ਵੱਲ ਕਦੀ ਵੀ ਸੈਂਟਰ ਸਰਕਾਰ ਨੇ ਤਵਕਕ ਨਹੀਂ ਰੱਖੀ ਜਿਸ ਪੰਜਾਬ ਨੇ ਜਿਸ ਸਰਕਾਰ ਦਾ ਜਿਸ ਭਾਰਤ ਦਾ ਢਿੱਡ ਭਰਿਆ ਹੋਵੇ ਆਣ ਦੇ ਮਸਲੇ ਦੇ ਵਿੱਚ ਜੇ ਪੰਜਾਬ ਦਾ ਕਿਸਾਨ ਭੁੱਖਾ ਰਹਿ ਕੇ ਸੈਂਟਰ ਸਰਕਾਰ ਦਾ ਢਿੱਡ ਭਰਦਾ ਪੰਜਾਬ ਢਿੱਡ ਭਰਦਾ ਤੇ ਸਰਹੱਦ ਤੇ ਵੀ ਪੰਜਾਬੀ ਗੱਭਰੂ ਹੀ ਬੈਠੇ ਆ ਪਰ ਹੁਣ ਸੈਂਟਰ ਸਰਕਾਰ ਅੱਗੇ ਫੇਰ ਭਗਵੰਤ ਮਾਨ ਵੱਲੋਂ ਅਪੀਲ ਕੀਤੀ ਗਈ ਸੀ ਕਿ ਪੰਜਾਬ ਇੱਕ ਸਰਦੀ ਸੂਬਾ ਸਰਦੀ ਸੂਬਾ ਹੋਣ ਕਰਕੇ ਪੰਜਾਬ ਨੇ ਬੜੇ ਸੰਤਾਪ ਆਪਣੇ ਪਿੰਡੇ ਤੇ ਹੰਡਾਏ ਨੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਨੂੰ ਵੀ ਵਿਸ਼ੇਸ਼ ਪੈਕੇਜ ਤੇ ਦਿੱਤਾ ਜਾਣਾ ਚਾਹੀਦਾ ਨਾਲ ਦੇ ਨਾਲ ਕੈਟਾਗਰੀ A ਦੇ ਵਿੱਚ ਵੀ ਪੰਜਾਬ ਨੂੰ ਸ਼ਾਮਲ ਕਰਨਾ ਚਾਹੀਦਾ لیکن ਕੇਂਦਰੀ ਸਰਕਾਰ ਨੇ ਕੇਂਦਰ ਸਰਕਾਰ ਨੇ ਦੋ ਟੁੱਕ ਜਵਾਬ ਦੇ ਦਿੱਤਾ ਕੋਰੀ ਨਾ ਕਰ ਦਿੱਤੀ ਕਿ ਅਸੀਂ ਨਾ ਕੈਟਾਗਰੀ A ਦੇ ਵਿੱਚ ਰੱਖ ਸਕਦੇ ਤੇ ਨਾ ਹੀ ਕੋਈ ਇਦਾਂ ਦੀ ਪਵਿਖੇ ਵਿੱਚ ਕੋਈ ਤਜ਼ਵੀਜ਼ ਹੈ ਹੁਣ ਕੈਟਾਗਰੀ A ਚ ਅਗਰ ਪੰਜਾਬ ਨੂੰ ਸ਼ਾਮਲ ਕੀਤਾ ਜਾਂਦਾ ਤੇ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਫਿਰ ਜਿਹੜੀ ਸੈਂਟਰ ਸਰਕਾਰ ਵੱਲੋਂ ਗ੍ਰਾਂਟਾਂ ਆਉਂਦੀਆਂ ਨੇ ਫੰਡ ਆਉਂਦਾ ਉਹ ਫਿਰ ਜਿਹੜੇ ਕੈਟਾਗਰੀ A ਦੇ ਵਿੱਚ ਸੂਬੇ ਇਸ ਸਮੇਂ ਸ਼ਾਮਿਲ ਕੀਤੇ ਗਏ ਨੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ 90 ਫੀਸ ਦੀ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈ ਮਤਲਬ 90 ਸੈਂਟਰ ਸਰਕਾਰ ਦਿੰਦੀ ਹੈ 10 ਫੀਸ ਦੀ ਫਿਰ ਸਟੇਟ ਸਰਕਾਰ ਨੂੰ ਹਿੱਸਾ ਪਾਉਣਾ ਪੈਂਦਾ ਫੰਡ ਦੇ ਵਿੱਚ ਤੇ ਫਿਰ ਜਿਹੜਾ ਕੈਟਾਗਰੀ A ਦੇ ਵਿੱਚ ਜਿਹੜੇ ਸੂਬੇ ਸ਼ਾਮਿਲ ਨੇ ਉਹਨਾਂ ਨੂੰ 90 10 ਦੇ ਫੀਸ ਦੀ ਦੇ ਨਾਲ ਨੀ ਫੰਡ ਦਿੱਤੇ ਜਾਂਦੇ ਨੇ ਸੈਂਟਰ ਸਰਕਾਰ ਵੱਲੋਂ ਲੇਕਿਨ ਹੁਣ ਪੰਜਾਬ ਨੂੰ ਕੈਟਾਗਰੀ B ਵਿੱਚ ਰੱਖਿਆ ਹੋਇਆ ਹਾਲਾਂਕਿ ਪੰਜਾਬ ਨੇ ਬਹੁਤ ਸੰਤਾਪ ਆਪਣੇ ਪਿੰਡੇ ਤੇ ਹੰਢਾਏ ਨੇ ਲੇਕਿਨ ਸੈਂਟਰਲ ਸਰਕਾਰ ਨੇ ਕਦੇ ਵੀ ਪੰਜਾਬ ਦੇ ਉਸ ਪਿੰਡੇ ਤੇ ਮਲਬਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਪੰਜਾਬ ਨੇ ਦੇਸ਼ ਦੀ ਆਣ ਬਾਣ ਸ਼ਾਨ ਵਾਸਤੇ ਆਪਣੇ ਪਿੰਡੇ ਤੇ ਜ਼ਖਮ ਵੀ ਸਹੇ ਨੇ ਤੇ ਪਿੰਡੇ ਤੇ ਜਿਹੜੇ ਉਹਨਾਂ ਨੇ ਆਪਣੇ ਸੰਤਾਪ ਵੀ ਚੇਲਿਆ ਹੁਣ ਕੈਟਾਗਰੀ B ਦੇ ਵਿੱਚ ਕੀ ਆ ਕਿ 60 40 ਦਾ ਅਨੁਪਾਤ ਆ ਮਤਲਬ ਜੇ ਕੋਈ ਗ੍ਰਾਂਟ ਸੈਂਟਰ ਦਊਗਾ ਕੋਈ ਸਕੀਮ ਚ ਦਊਗਾ ਤੇ 60% ਦੀ ਜਿਹੜੀ ਗ੍ਰਾਂਟ ਆ ਉਹ ਸੈਂਟਰ ਦਊਗਾ ਤੇ 40% ਦੀ ਫਿਰ ਪੰਜਾਬ ਨੂੰ ਹੀ ਪ੍ਰਬੰਧ ਕਰਨੇ ਪੈਣਗੇ ਲੇਕਿਨ ਬਹੁਤ ਸਾਰੇ ਸੂਬੇ ਇਦਾਂ ਨੇ ਹਿੰਦੁਸਤਾਨ ਦੇ ਜਿੱਥੇ 90% ਦੀ 90 10 ਦੇ ਹਿਸਾਬ ਦੇ ਨਾਲ ਸੈਂਟਰ ਸਰਕਾਰ ਗ੍ਰਾਂਟ ਦਿੰਦੀ ਆ ਮਤਲਬ ਸੈਂਟਰ ਉਹਨਾਂ ਸੂਬਿਆਂ 'ਚ 90 100 'ਚ 90 ਰੁਪਏ ਤੇ 10 ਰੁਪਏ ਫਿਰ ਉੱਥੋਂ ਦੀ ਸਰਕਾਰ ਨੂੰ ਪ੍ਰਬੰਧ ਕਰਨੇ ਪੈਂਦੇ ਨੇ ਕਿਉਂਕਿ ਹੁਣ ਫਿਲਹਾਲ ਕੈਟਾਗਰੀ 20 ਦੇ ਵਿੱਚ ਆ ਪੰਜਾਬ ਤੇ ਪੰਜਾਬ ਨੂੰ 40 ਰੁਪਏ ਦਾ ਪ੍ਰਬੰਧ ਆਪ ਕਰਨਾ ਪੈਂਦਾ ਤੇ 100 ਚੋਂ 60 ਰੁਪਏ ਦਾ ਪ੍ਰਬੰਧ ਸੈਂਟਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਨੇ ਮੌਜੂਦਾ ਭਗਵੰਤ ਮਾਨ ਸਾਹਿਬ ਨੇ ਵੀ ਅਪੀਲ ਕੀਤੀ ਸੀ ਸੈਂਟਰ ਸਰਕਾਰ ਅੱਗੇ ਪ੍ਰਾਈਮ ਮਿਨਿਸਟਰ ਅੱਗੇ ਵੀ ਹੋਮ ਮਿਨਿਸਟਰ ਅੱਗੇ ਵੀ ਲੇਕਿਨ ਅਪੀਲ ਤੇ ਸੈਂਟਰ ਸਰਕਾਰ ਨੇ ਗੌਰ ਨਹੀਂ ਕੀਤਾ ਸਿੱਧਾ ਸਪਸ਼ਟ ਜਵਾਬ ਦੇ ਦਿੱਤਾ ਕਿ ਨਾ ਹੀ ਕੈਟਾਗਰੀ A ਦੇ ਵਿੱਚ ਰੱਖਿਆ ਜਾ ਸਕਦਾ ਤੇ ਨਾ ਹੀ ਕੋਈ ਤਜ਼ਵੀਜ਼ ਆ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਝਟਕਾ ਲੱਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਨੂੰ ਦੇਸ਼ ਵੇ ਸੂਬਿਆਂ ਨੂੰ ਕੇਂਦਰ ਸਰਕਾਰ ਨੇ ਜਿਹੜੀ ਗ੍ਰਾਂਟਾ ਦਿੰਦੀ ਆ ਫੰਡ ਦਿੰਦੀ ਆ ਵੱਖ-ਵੱਖ ਸਕੀਮਾਂ ਦੇ ਫੰਡ ਵਿੱਚ ਕੈਟਾਗਰੀ ਵਿੱਚ ਵੰਡਿਆ ਹੋਇਆ ਤੇ ਸੂਬਿਆਂ ਨੂੰ ਕੈਟਾਗਰੀ ਅਨੁਸਾਰ ਹੀ ਵੱਖ-ਵੱਖ ਸਕੀਮਾਂ ਹੇਠ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਮਿਲਦਾ ਤੇ ਕੇਂਦਰ ਸਰਕਾਰ ਵੱਲੋਂ ਜਿਹੜੀ ਤੈਅ ਕੀਤਾ ਕਿ ਕਿਤੀ ਕੀ ਕੈਟੇਗਰੀ A ਆ ਇਹ ਵਿੱਚ ਸ਼ਾਮਲ ਸੂਬਿਆਂ ਨੂੰ ਸਭ ਤੋਂ ਵੱਧ ਗ੍ਰਾਂਟ ਤੇ ਬਜਟ ਮਿਲਦਾ ਹੈਗਾ ਤੇ ਇਸ ਕੈਟੇਗਰੀ A ਵਿੱਚ ਸ਼ਾਮਲ ਸੂਬਿਆਂ ਨੂੰ ਹਰ ਕੇਂਦਰੀ ਜਿਹੜੀ ਸਕੀਮ ਹੁੰਦੀ ਆ ਉਹਦੇ ਚ 90% ਦੀ ਫੰਡ ਜਾਰੀ ਕੀਤਾ ਜਾਂਦਾ ਹੈਗਾ ਜਦ ਕਿ 10 ਜਿਹੜਾ ਫੀਸ ਦੀ ਆ ਫੰਡ ਉਹ ਸੂਬਾ ਸਰਕਾਰ ਨੇ ਆਪ ਹੀ ਪ੍ਰਬੰਧ ਕਰਨੇ ਚਾਹੀਦੇ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਅਪੀਲ ਕੀਤੀ ਆ ਜਦੋਂ ਪਾ ਪਰ ਉਸ ਪੀਲ ਤੇ ਕਦੇ ਵੀ ਗੌਰ ਨਹੀਂ ਕੀਤਾ ਗਿਆ ਕਿਉਂਕਿ ਜੇ ਪਹਾੜੀ ਰਾਜਾਂ ਨੂੰ ਲਗਾਤਾਰ 1992 ਤੋਂ ਲੈ ਕੇ ਹੁਣ ਤੱਕ ਜਿਹੜੇ ਹਿਲ ਸਟੇਸ਼ਨ ਨੂੰ ਵਿਸ਼ੇਸ਼ ਤੌਰ ਤੇ ਇੰਡਸਟਰੀ ਦੇ ਵਿੱਚ ਰਹਿਤਾਂ ਦਿੱਤੀਆਂ ਗਈਆਂ ਸੈਂਟਰ ਸਰਕਾਰ ਵੱਲੋਂ ਤੇ ਪੰਜਾਬ ਵੀ ਇੱਕ ਸਰਦੀ ਸੂਬਾ ਲੇਕਿਨ ਕਦੇ ਵੀ ਸੈਂਟਰ ਸਰਕਾਰ ਨੇ ਇਸ ਸਰਦੀ ਸੂਬੇ ਦੀ ਬਾਣੀ ਨਹੀਂ ਫੜੀ ਜਿਸ ਕਰਕੇ ਵਾਰ-ਵਾਰ ਸੈਂਟਰ ਨੂੰ ਅਪੀਲਾ ਕਰਦਾ ਰਿਹਾ ਪੰਜਾਬ ਲੇਕਿਨ ਉਸ ਅਪੀਲਾਂ ਤੇ ਕਦੇ ਵੀ ਗੌਰ ਨਹੀਂ ਕੀਤਾ ਗਿਆ ਹੁਣ ਪੰਜਾਬ ਲੰਬੇ ਸਮੇਂ ਤੋਂ ਇਸ ਕੇਸ ਨੂੰ ਲੈ ਕੇ ਅਰਜ਼ੋਈਆਂ ਕਰਦਾ ਰਿਹਾ ਲੇਕਿਨ ਅਰਜ਼ੋਈਆਂ ਤੇ ਕਦੇ ਵੀ ਸੈਂਟਰਲ ਸਰਕਾਰ ਨੇ ਹਮਾਇਤ ਨਹੀਂ ਕੀਤੀ ਪੰਜਾਬ ਹਮੇਸ਼ਾ ਹੀ ਕਹਿੰਦਾ ਰਿਹਾ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਬੜੇ ਆਪਣੇ ਪਿੰਡੇ ਤੇ ਦੇਸ਼ ਦੀ ਖਾਤਰ ਜ਼ਖਮ ਛੱਲੇ ਨੇ ਸੰਤਾਪ ਛੇਲੇ ਨੇ ਉਹਨਾਂ ਦਾ ਕਦੇ ਵੀ ਸੈਂਟਰਲ ਸਰਕਾਰ ਨੇ ਮੁੱਲ ਨਹੀਂ ਮੋੜਿਆ ਹੁਣ ਇੱਕ ਸੈਂਟਰਲ ਸਰਕਾਰ ਅਗੇ ਹੋਰ ਅਪੀਲ ਕੀਤੀ ਹੈਗੀ ਸੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿ ਸਰਦੀਲਾ ਕਾਬਾ ਤੇ ਪੁਰਸਤਾਨੇ ਦੇ ਖੁਫੀਆ ਤੰਤਰ ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਲਈ ਇੱਕ ਵੱਖਰੇ ਤੌਰ ਤੇ 150 ਕਰੋੜ ਰੁਪਏ ਦਾ ਫੰਡ ਦੀ ਵੀ ਮੰਗ ਕੀਤੀ ਸੀ ਉਸ ਮਸਲੇ ਚ ਵੀ ਸੈਂਟਰ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਹੈਗੀ ਹੈ ਤਜ਼ਵੀ ਜਿਹੜੀ ਬਣਾਈ ਸੀ ਪ੍ਰਸਤਾਵ ਜਿਹੜਾ ਭੇਜਿਆ ਸੀ ਉਸ ਪ੍ਰਸਤਾਵ ਦੇ ਵਿੱਚ ਨੂੰ ਸੈਂਟਰ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਕੋਣ ਪੰਜਾਬ ਦੇ ਨਾਲ ਪਤਾ ਨਹੀਂ ਸੈਂਟਰ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਜਾਂ ਫਿਰ ਪਿਛਲੀਆਂ ਸਰਕਾਰਾਂ ਪਤਾ ਨਹੀਂ ਪੰਜਾਬ ਨੂੰ ਹਮੇਸ਼ਾ ਕਿਉਂ ਇਸਵੱਲੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਰਿਹਾ ਕਿਉਂ ਕੌੜੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਰਿਹਾ ਪੰਜਾਬ ਨੂੰ ਕਿਉਂ ਐਦਾ ਮਹਿਸੂਸ ਕਰਵਾਇਆ ਜਾਂਦਾ ਰਿਹਾ ਪੰਜਾਬ ਨੂੰ ਕਿ ਜਿਤਾ ਪੰਜਾਬ ਇੱਕ ਮਤਰੀਆ ਸੁਬਾ ਮਤਰੀਆ ਪੁੱਤਰ ਹੋਵੇ ਜਿਵੇਂ ਉਹਨਾਂ ਦਾ ਸਲੂਕ ਪੇਸ਼ ਕੀਤਾ ਜਾਂਦਾ ਹੈਗਾ ਔਰ ਜਿੱਥੋਂ ਤੱਕ ਸਵਾਲ ਹੈ ਕਿ ਹੁਣ ਸੈਂਟਰ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਗਿਆ ਇਹ ਨਵੀਂ ਗੱਲ ਨਹੀਂ ਆ ਪਹਿਲਾਂ ਵੀ ਪੰਜਾਬ ਦਾ ਕਰੀਬ 3000 ਕਰੋੜ ਰੂਰਲ ਡਿਵੈਲਪਮੈਂਟ ਫੰਡ ਉਹ ਵੀ ਸਰਕਾਰ ਨੇ ਹਲੇ ਤੱਕ ਜਾਰੀ ਨਹੀਂ ਕੀਤਾ ਫਿਰ ਸਰਕਾਰ ਕਹਿੰਦੀ ਕਿ ਜਿਹੜਾ ਕੋਲਾ ਬਾਹਰੋਂ ਖਰੀਦੋ ਜੇ ਕੋਲਾ ਬਾਹਰੋਂ ਖਰੀਦਦੇ ਨੇ ਤੇ ਪੰਜਾਬ ਤੇ 200 ਕਰੋੜ ਰੁਪਈਆ ਸਾਲਾਨਾ ਹੋਰ ਬੋਝ ਪੈ ਜਾਏਗਾ ਤੇ ਇਸ ਕਰਕੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੀ ਹੋਇਆ ਉਹਣਾ ਜਿਹੜਾ ਨਵਾਂ ਫਰਮਾਨ ਹੈ ਕੋਰੀ ਨਾ ਕਰ ਦਿੱਤੀ ਹੈਗੀ ਆ ਇਹਦੇ ਨਾਲ ਲੱਗਦਾ ਕਿ ਪੰਜਾਬ ਆਰਥਿਕ ਸਥਿਤੀ ਹੋਰ ਮਾੜੀ ਹੋ ਸਕਦੀ ਹੈ ਕਿਉਂਕਿ ਸੈਂਟਰ ਸਰਕਾਰ ਜੇ ਬਾਕੀ ਸੂਬਿਆਂ ਨੂੰ ਕੈਟਾਗਰੀ A ਦੇ ਵਿੱਚ ਸਪੈਸ਼ਲ 90 10 ਦੇ ਅਨੁਪਾਤ ਨਾਲ ਸਕੀਮਾ ਦੇ ਵਿੱਚ ਯੋਜਨਾਵਾਂ ਦੇ ਵਿੱਚ ਫੰਡ ਜਾਰੀ ਕਰਦਾ ਤੇ ਫਿਰ ਪੰਜਾਬ ਵਾਸਤੇ ਜਦੋਂ ਪੰਜਾਬ ਨੂੰ ਫੰਡ ਜਾਰੀ ਕਰਨ ਦੇ ਤੇ ਫਿਰ ਹੱਥ ਕਿਉਂ ਘੁੱਟ ਲੈਂਦਾ ਹੈ ਦੇਖਨੇ ਇਸ ਮਸਲੇ 'ਚ ਹੋਰ ਕਿੰਨੀ ਸਿਆਸਤ ਹੁੰਦੀ ਹੈ ਲੇਕਿਨ ਗੱਲ ਸਪਸ਼ਟ ਹੈ ਕਿ ਸੈਂਟਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਰਾਜ ਕੀਤਾ ਹੋਵੇ ਚਾਹੇ ਹੁਣ ਮੌਜੂਦਾ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਵੀ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਰਿਹਾ ਲੇਕਿਨ ਪੰਜਾਬ ਨੂੰ ਉਸ ਨਜ਼ਰੀਏ ਦੇ ਨਾਲ ਕਦੀ ਵੀ ਨਹੀਂ ਦੇਖਿਆ ਗਿਆ ਜਿਸ ਨਜ਼ਰੀਏ ਦੇ ਨਾਲ ਸੈਂਟਰ ਦੂਜੇ ਸੂਬਿਆਂ ਨੂੰ ਦੇਖਦਾ ਹੈਗਾ ਫਿਲਹਾਲ ਕੈਟਾਗਰੀ A ਦੇ ਵਿੱਚ ਤੇ ਪੰਜਾਬ ਨੂੰ ਨਹੀਂ ਸ਼ਾਮਲ ਕੀਤਾ ਗਿਆ ਕੈਟਾਗਰੀ B ਦੇ ਵਿੱਚ ਰੱਖਿਆ ਗਿਆ ਕੈਟਾਗਰੀ B ਦੇ ਵਿੱਚ ਹੋਰ ਵੀ ਬਤੇਰੇ ਸੂਬੇ ਨੇ ਲੇਕਿਨ ਉਹਨਾਂ ਸੂਬਿਆਂ ਕੋਲ ਸਾਧਨ ਬਹੁਤ ਨਹੀਂ ਕਈ ਜਿਹੜੇ ਸੂਬੇ ਨੇ ਉਹ ਬੰਦਰਗਾਹ ਦੇ ਨੇੜੇ ਨੇ ਕਈ ਜਿਹੜੇ ਦਿੱਲੀ ਦੇ ਨੈਸ਼ਨਲ ਰਾਸ਼ਟਰੀ ਰਾਜਧਾਨੀ ਦੇ ਨੇੜੇ ਤੇੜੇ ਨੇ ਕਈਆਂ ਕੋਲ ਬਹੁਤ ਖਣਿਜ ਪਦਾਰਥ ਨੇ ਕਈਆਂ ਕੋਲ ਕੋਲੇ ਦੀਆਂ ਖਾਣਾਂ ਨੇ ਕਈਆਂ ਕੋਲ ਸੋਨੇ ਦੀਆਂ ਖਾਣਾਂ ਨੇ ਕਈਆਂ ਕੋਲ ਪੱਥਰ ਨੇ ਇੱਕ ਪੰਜਾਬ ਮੇ ਹਮੇਸ਼ਾ ਸਰਦੀ ਸੂਬਾ ਜਦ ਵੀ ਕਿਸੇ ਦੁਸ਼ਮਣ ਨੇ ਭਾਰਤ ਤੇ ਹਮਲਾ ਕੀਤਾ ਤੇ ਸਭ ਤੋਂ ਵੱਧ ਜਿਹੜੀਆਂ ਗੋਲੀਆਂ ਮੱਥੇ ਦੇ ਵੱਜੀਆਂ ਉਹ ਪੰਜਾਬ ਤੇ ਵੱਜੀਆਂ ਨੇ ਐਡੀ ਵੱਡੀ ਕੁਰਬਾਨੀ ਦੇਣ ਤੋਂ ਬਾਅਦ ਵੀ ਸੈਂਟਰ ਸਰਕਾਰਾਂ ਨੇ ਪੰਜਾਬ ਦਾ ਕਦੇ ਵੀ ਮੁੱਲ ਨਹੀਂ ਤਾਰਿਆ ਦੇਖਦੇ ਆ ਕਿ ਹੁਣ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਪੰਜਾਬੀਆਂ ਦੇ ਦਿਲ ਜਿੱਤਣੇ ਨੇ ਤੇ ਜੇ ਪੰਜਾਬ ਜਿੱਤਣਾ ਵਾ ਦੋਸਤੋ ਪਹਿਲਾਂ ਦਿਲ ਜਿੱਤਨੇ ਪੈਣਗੇ ਤੇ ਦਿਲ ਜਿੱਤਣ ਵਾਸਤੇ ਫਿਰ ਵੱਡੇ ਦਿਲੀ ਕਰਨੇ ਪੈਂਦੇ ਨੇ ਕਿਉਂਕਿ ਦਿਲ ਵੱਡਿਆਂ ਕੀ ਤਾਈਂ ਮਸਲੇ ਹੱਲ ਹੁੰਦੇ ਨੇ ਤੇ ਵੱਡੇ ਦਿਲ ਦੇ ਨਾਲ ਹੀ ਸਿਆਸੀ ਜੰਗਾਂ ਜਿੱਤੀਆਂ ਜਾਂਦੀਆਂ ਨੇ ਦੇਖਦੇ ਆ ਇਸ ਮਸਲੇ ਚਾਉਣ ਵਾਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਹੋਰ ਕੀ ਕੁਝ ਸਿਆਸਤ ਕਰਦੀ ਜਾਂ ਫਿਰ 224 ਦਾ ਇੰਤਜ਼ਾਰ ਕਰੀ ਜਾਂ ਫਿਰ 227 ਦਾ ਪਰ ਪੰਜਾਬ ਨੂੰ ਵੀ ਹੱਕ ਮਿਲਣਾ ਚਾਹੀਦਾ ਜਿਵੇਂ ਬਾਕੀ ਸੂਬਿਆਂ ਨੂੰ ਮਿਲਦਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇ ਦੇਦਰੋ এবিসি ਪੰਜਾਬ ਤੁਹਾਡਾ ਧੰਨਵਾਦ